ਕੀਤੀ ਹੈ, ਇਦਾਂ ਦਾ ਕੁਛ ਨਹੀਂ। ਉਹ ਸਾਰੇ ਫਾਲਸ ਐਲੀਗੇਸ਼ਨ ਨੇ, ਜਦਕਿ ਗੱਲ ਇਹ ਹੋਈ ਸੀ ਕਿ ਸਾਡੀ ਸੁਸਾਇਟੀ ਦੇ ਵਿੱਚ ਬੀਤੇ ਦਿਨੀ 20 ਤਰੀਕ ਨੂੰ ਮੀਟਿੰਗ ਹੋਈ ਸੀ ਰੈਜੀਡੈਂਟ ਦੀ, ਤੇ ਮੈਂ ਵੀ ਉੱਥੇ ਓਨਰ ਆਫ ਫਲੈਟ ਦਾ, ਤੇ ਮੈਨੂੰ ਉੱਥੇ ਮੀਟਿੰਗ 'ਚ ਬੁਲਾਇਆ ਗਿਆ ਸੀ। ਤੇ ਜਦੋਂ ਮੈਂ ਕੋਈ ਉਹਨਾਂ ਨੂੰ ਆਪਣੇ ਹਿਸਾਬ ਕਿਤਾਬ ਬਾਰੇ ਪੁੱਛਿਆ ਕਿ ਸੁਸਾਇਟੀ ਦੇ ਪਿਛਲੇ 5 ਸਾਲ ਤੋਂ ਜੋ ਕਿ ਸਾਡਾ ਇਹ ਸਾਡੀ ਸੁਸਾਇਟੀ ਦੇ ਬਾਇਲੋਜ਼ ਹੈ, ਇਹ ਫਸਟ ਆਫ ਆਲ ਮੈਂ ਇਹ ਦੱਸਣਾ ਚਾਹੁੰਦਾ ਜੋ ਵੀ ਸਾਡੇ ਜਿੱਥੇ ਜਿੱਥੇ ਵੀ ਨਿਊਜ਼ ਗਈ ਕਿ ਸੋ ਦੈਟ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਇਸ ਬਾਇਲੋਜ਼ ਦੇ ਮੁਤਾਬਕ ਸਾਡੀ ਸੁਸਾਇਟੀ ਚੱਲਦੀ ਹੈ ਔਰ ਹਰ ਸੁਸਾਇਟੀ ਬਾਇਲੋਜ਼ ਦੇ ਮੁਤਾਬਕ ਚੱਲਦੀ ਹੈ। ਇਹਦੇ ਵਿੱਚ ਬੜਾ ਕਲੀਅਰਲੀ ਇਹ ਮੈਂਸ਼ਨ ਕੀਤਾ ਹੋਇਆ ਕਿ ਕੋਈ ਵੀ ਮੈਨੇਜਮੈਂਟ ਕਮੇਟੀ 1 ਸਾਲ ਤੋਂ ਜ਼ਿਆਦਾ ਇਲੈਕਸ਼ਨ ਨਹੀਂ ਆਪਣੇ ਰੁਕ ਨਹੀਂ ਸਕਦੀ ਉੱਥੇ, ਪਰ ਇਹ ਪਿਛਲੇ 4 ਸਾਲਾਂ ਤੋਂ ਵਿਦਆਊਟ ਇਲੈਕਸ਼ਨ, ਜਿਹਦਾ ਕਿ ਇਹਨਾਂ ਨੇ ਕੋਈ ਐਨੂਅਲ ਜਨਰਲ ਬੋਡੀ ਮੀਟਿੰਗ ਨਹੀਂ, ਕੋਈ ਜਨਰਲ ਬੋਡੀ ਮੀਟਿੰਗ ਨਹੀਂ, ਵਿਦਆਊਟ ਇਲੈਕਸ਼ਨ ਇਹ ਧੱਕੇ ਨਾਲ ਕਬਜ਼ਾ ਕਰਕੇ, ਜਿਹਦੇ ਵਿੱਚ ਸ਼ਾਮ ਲਾਲ ਸ਼ਰਮਾ ਜੋ ਮੇਰੇ ਤੇ ਐਲੀਗੇਸ਼ਨ ਲਗਾ ਰਿਹਾ ਕਿ ਮੈਂ ਉਹਦਾ ਦੰਦ ਤੋੜਿਆ, ਉਹ ਧੱਕੇ ਉਹ ਉਸ ਕਮੇਟੀ ਦਾ ਸੈਕਟਰੀ ਆ, ਸੈਕਿੰਡਲੀ ਐਮ ਕੇ ਭਾਰਦਵਾਜ ਐਂਡ ਉਹਦੇ ਜੋ 5 ਮੈਂਬਰ ਹੈਗੇ ਆ ਉਹਨਾਂ ਨੂੰ ਲੈ ਕੇ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਹਰ ਸਾਲ ਇਲੈਕਸ਼ਨ ਹੁੰਦੇ ਤੁਸੀਂ ਇਲੈਕਸ਼ਨ ਕਿਉਂ ਨਹੀਂ ਕਰਾ ਰਹੇ, ਤੇ ਉਹਨਾਂ ਦਾ ਇੰਨੇ ਵੀ ਉਹ ਭੜਕ ਗਏ ਕਿ ਤੂੰ ਬੜੀ ਸਿਵਲੀਅਨ ਸਾਡੇ ਨਾਲ ਗੱਲ ਨਹੀਂ ਕਰ ਸਕਦਾ, ਯੂ ਆਰ ਦੀ ਟੈਰਰਿਸਟ ਫਲਾਨਾ ਟਮਕਾਨਾ। ਮੈਂ ਕਿਹਾ ਸਰ ਮੇਰਾ ਰਾਈਟ ਹੈ, ਮੈਂ ਕਿਉਂ ਨਹੀਂ ਕਹਿ ਸਕਦਾ। ਤੇ ਜਦੋਂ ਇੰਨੀ ਗੱਲ ਹੋਈ ਤਾਂ ਮੈਂ ਉੱਥੇ ਮੈਂ ਕਿਹਾ ਠੀਕ ਹੈ ਤੁਸੀਂ ਨਹੀਂ ਕਰਾਉਣਾ, ਤਾਂ ਮੈਂ ਬਾਹਰ ਆ ਗਿਆ। ਤੇ ਜਦੋਂ ਬਾਹਰ ਆਇਆ ਤੇ ਸਰ ਇਹਨਾਂ ਨੇ ਪਿੱਛੋਂ ਪੇਪਰ ਵੇਟ ਚੱਕਿਆ, ਇਸੇ ਹੀ ਸ਼ਾਮ ਲਾਲ ਸ਼ਰਮੇ ਨੇ ਪੇਪਰ ਵੇਟ ਚੱਕਿਆ ਔਰ ਪੇਪਰ ਵੇਟ ਨੇ ਮੇਰੇ ਵੱਲ ਥਰੋ ਕਰ ਦਿੱਤਾ। ਜਦੋਂ ਥਰੋ ਕੀਤਾ ਤੇ ਮੈਂ ਆਪਣੇ ਸੈਲਫ ਡਿਫੈਂਸ ਲਈ ਆਪਣੇ ਆਪ ਨੂੰ ਬਚਾਉਣ ਲਈ ਜਦੋਂ ਇਹਨੇ ਇੱਟ ਚੱਕੀ ਤਾਂ ਮੈਂ ਉਹਨੂੰ ਫੜਿਆ। ਇਹਦੇ ਵਿੱਚ ਇਹ ਨਹੀਂ ਹੈ ਕਿ ਮੈਂ ਉਹਨੂੰ ਨਹੀਂ, ਉਹਨੂੰ ਕਿਉਂਕਿ ਮੈਂ ਆਪਣੀ ਸੈਲਫ ਡਿਫੈਂਸ ਵਾਸਤੇ ਉਹਨੂੰ ਰੋਕਣਾ ਚਾਹਿਆ। ਫਿਰ ਉੱਥੇ ਕੁਝ ਸਾਡੇ ਸੀਨੀਅਰ ਵੈਟਰਨ ਜੋ ਮੇਰੇ ਨਾਲ ਨੇ, ਕਰਨਲ ਬਲਵੀਰ ਐਂਡ ਕਰਨਲ ਪਾਲੀਆ ਇਜ਼ ਦਾ ਆਈ ਵਿਟਨੈਸ, ਇਹਨਾਂ ਨੇ ਦੇਖਿਆ, ਇਹਨਾਂ ਨੇ ਮੈਨੂੰ ਛੁਡਾਇਆ ਤੇ ਮੈਂ ਹਸਪੀਟਲ ਵਿੱਚ ਚਲਾ ਗਿਆ। ਉਸ ਤੋਂ ਬਾਅਦ ਉੱਥੇ ਆਪਣੇ ਅਸੀਂ ਹਸਪੀਟਲ ਦੇ ਵਿੱਚ ਉੱਥੇ ਮੈਂ ਗਿਆਂਗਾ, ਉੱਥੇ ਵੀ ਜਾਂਦਿਆਂ ਸਾਰ ਹੀ ਇਹਨੇ ਹੱਲਾ ਮਚਾ ਦਿੱਤਾ ਕਿ ਇਹ ਅੱਤਵਾਦੀ ਕਿੱਥੋਂ ਆ ਗਿਆ ਇਸ ਹਸਪੀਟਲ ਦੇ ਵਿੱਚ। ਮਤਲਬ ਵੀ ਹਰ ਵਕਤ ਫੌਜ ਦਾ ਨਾਂ ਬਦਨਾਮ ਕਰਕੇ, ਫੌਜ ਦੀ ਅਸੀਂ ਦਿਲੋਂ ਇੱਜ਼ਤ ਕਰਦੇ ਹਾਂ, ਫੌਜ ਫੌਜ ਨਾਲ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਕ ਰਿਟਾਇਰ ਕਿਸੇ ਵੀ ਅਹੁਦੇ ਤੋਂ ਆ ਕੇ ਉਸ ਰੈਂਕ ਦਾ ਨਜਾਇਜ਼ ਫਾਇਦਾ ਚੱਕੋ। ਸੋ ਮੇਰੀ ਰਿਕੁਐਸਟ ਸਭ ਨੂੰ ਇਹ ਹੈ, ਜਿੱਥੇ ਜਿੱਥੇ ਇਹਨਾਂ ਦੀ ਨਿਊਜ਼ ਕਰਕੇ, ਮੈਨੂੰ ਬੜੇ ਮੇਰੇ ਸਾਡੇ ਬ੍ਰਦਰ ਅਫਸਰ ਮੇਰੇ ਹੈਗੇ ਨੇ, ਮੇਰੇ ਬੜੇ ਅੱਛੇ ਦੋਸਤ ਨੇ, ਮੇਰੇ ਕਲਾਸਮੇਟ ਨੇ ਜੋ ਫੌਜ ਦੇ ਵਿੱਚ ਬੜੇ ਰੈਂਕ ਤੇ ਬੈਠੇ ਨੇ, ਤੇ ਸਾਡੀ ਉਹਨਾਂ ਨਾਲ ਗੱਲ ਹੁੰਦੀ ਆ, ਉਹਨਾਂ ਨੂੰ ਸ਼ਾਇਦ ਇਹੀ ਲੱਗ ਰਿਹਾ ਕਿ ਹਾਂ ਯਾਰ ਸ਼ਾਇਦ ਕਿਤੇ ਕੋਈ ਗਲਤ ਹੋ ਗਿਆ ਵੀ ਕਿਤੇ ਫੌਜੀ ਨਾਲ। ਐਦਾਂ ਕੁਝ ਨਹੀਂ ਆ, ਇਹ ਸਿਰਫ ਰਿਊਮਰ ਫਲਾਉਂਦਾ ਗਾ। ਅਗਰ ਇਹਨਾਂ ਨੂੰ ਇਹੀ ਲੱਗਦਾ ਤੇ ਇਲੈਕਸ਼ਨ ਕਰਾਉਣ, ਅਗਰ ਇਹ ਵਿਨਰ ਹੈ ਤਾਂ ਇਲੈਕਸ਼ਨ ਕਰਕੇ ਨਾ, ਇਹ ਡੈਮੋਕ੍ਰੇਸੀ ਆ। ਸੈਕਿੰਡਲੀ ਮੈਂ ਇੱਕ ਹੋਰ ਇੱਥੇ ਪੁਆਇੰਟ ਰੱਖਣਾ ਚਾਹੁੰਦਾ ਸਰ, ਇਸੇ ਹੀ FIR ਦੇ ਵਿੱਚ 2018 ਦੇ ਵਿੱਚ ਇਹਨਾਂ ਤੇ FIR ਦਰਜ ਹੋਈ ਸੀ 2018 ਦੇ ਵਿੱਚ ਇਹਨਾਂ ਦੇ ਖਿਲਾਫ, ਜਿਹਦੇ ਵਿੱਚ MK, ਹਾਂਜੀ ਕਰਨਲ MK ਭਾਰਦਵਾਜ ਦੇ 2018 ਦੇ ਵਿੱਚ FIR ਇਹਦੇ ਤੇ ਲਾਂਚ ਹੋਈ ਸੀ। ਅਸੀਂ ਕੋਈ ਸਾਡੇ ਸੀਨੀਅਰ ਅਫਸਰ ਐਂਡ ਸੀਨੀਅਰ ਸਿਵਲੀਅਨ ਬਹਿ ਗਏ ਸੀ ਕਿ ਛੱਡੋ ਯਾਰ, ਸਾਡਾ ਮਾਣਯੋਗ ਹਾਈਕੋਰਟ ਦੇ ਵਿੱਚ ਸਾਡਾ ਸਮਝੌਤਾ ਹੋ ਗਿਆ ਸੀ, ਪੀਸਫੁਲੀ ਅਸੀਂ ਰਹਿਣਾ ਚਾਹੁੰਦੇ ਹਾਂ, ਤੇ ਕੋਈ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਓਬਜੈਕਸ਼ਨ ਹੋਊਗਾ। ਅਸੀਂ ਲਾਸਟ 4 ਮਹੀਨੇ ਪਹਿਲਾਂ ਹੀ ਸਾਡਾ ਕੰਪਰੋਮਾਈਜ਼ ਹੋਇਆ। ਉਸ ਦੇ ਬਾਵਜੂਦ ਵੀ ਇਹ ਵਾਰ ਵਾਰ ਜਦੋਂ ਮੈਂ ਆਪਣੇ ਰਾਈਟਸ ਦੀ ਗੱਲ ਕਰਦਾ, ਇਸੇ ਬਾਇਲੋਜ਼ ਦੇ ਵਿੱਚ ਜਦੋਂ ਮੈਂ ਗੱਲ ਕਰਦਾ, ਸਾਨੂੰ ਵੋਟਿੰਗ ਰਾਈਟ ਹੈਗੇ ਆ ਐਜ ਏ ਸਿਵਲੀਅਨ, ਸਾਨੂੰ ਵੋਟਿੰਗ ਰਾਈਟ ਹੈਗੇ ਆ ਕਿ ਜੇ ਮੈਂ ਵੋਟ ਪਾ ਸਕਦਾ ਕਿ ਮੈਂ ਇਲੈਕਸ਼ਨ ਵਿੱਚ ਖੜਾ ਨਹੀਂ ਹੋ ਸਕਦਾ। ਇਹ ਕੋਈ ਮਤਲਬ ਸ਼ਰੇਆਮ ਤੁਸੀਂ ਡੈਮੋਕ੍ਰੇਸੀ ਦਾ ਮਰਡਰ ਕਰ ਰਹੇ ਹੋ। ਜੇ ਮੈਂ ਸੁਸਾਇਟੀ ਦਾ ਰੈਜੀਡੈਂਟ ਹੋਣ ਦੇ ਨਾਤੇ, ਮੈਂ ਓਨਰ ਹੋਣ ਦੇ ਨਾਤੇ, ਮੈਂ ਕੋਈ ਛੱਤਾਂ ਤੇ ਜਾਂ ਕੰਧਾਂ ਤਾਂ ਖਰੀਦੀਆਂ ਨਹੀਂ, ਮੈਂ ਤਾਂ ਸਾਰੇ ਰਾਈਟ ਖਰੀਦੇ ਆ ਔਰ ਉਸਦਾ ਮੈਂ ਪੈਸਾ ਵੀ ਦਿੱਤਾਗਾ, ਉਸਦਾ ਮੈਂ ਪ੍ਰੋਪਰ ਇਨਕਮ ਟੈਕਸ ਪੇ ਕਰਦਾਗਾ। ਤੇ ਔਰ ਜਦੋਂ ਮੈਂ ਕੋਈ ਵੋਟਿੰਗ ਵੋਟ ਸਾਡੀ ਇਹਨਾਂ ਨੂੰ ਬੜੀ ਅੱਛੀ ਲੱਗਦੀ ਕਿ ਵੋਟ ਪਾ ਦਿਓ, ਪਰ ਜਦੋਂ ਮੈਂ ਇਲੈਕਸ਼ਨਾਂ ਦੀ ਗੱਲ ਕਰਦਾ ਕਿ ਅਸੀਂ ਖੜੇ ਹੋ ਸਕਦੇ, ਨਹੀਂ, ਜਦੋਂ ਗੱਲ ਕਰੋ ਨਹੀਂ ਤੁਸੀਂ ਬਲੱਡੀ ਸਿਵਲੀਅਨ, ਔਰ ਸਾਨੂੰ ਹਰ ਵਾਰ ਡੀਗ੍ਰੇਡ ਕੀਤਾ ਜਾਂਦਾ ਗਾ ਹਰ ਵਕਤ। ਔਰ ਜਦੋਂ ਕਿਤੇ ਪ੍ਰਸ਼ਾਸਨ ਦੇ ਵਿੱਚ ਮੈਂ ਬਹੁਤ ਐਪਲੀਕੇਸ਼ਨਾਂ ਲਿਖੀਆਂ, ਕੋਈ ਮੈਨੂੰ ਪ੍ਰਸ਼ਾਸਨ ਵੱਲੋਂ ਹਜੇ ਤੱਕ, ਮੈਂ DC ਆਫਿਸ ਨੂੰ ਬਹੁਤ ਐਪਲੀਕੇਸ਼ਨਾਂ ਲਿਖੀਆਂ, ਇਹਨਾਂ ਦਾ ਹੈੱਡਕੁਆਰਟਰ ਦਿੱਲੀ AWHO ਆ, ਮੈਂ ਲਾਸਟ ਮੰਥ ਉਹਨਾਂ ਨੂੰ ਐਪਲੀਕੇਸ਼ਨ ਲਿਖੀ ਆ ਕਿ ਇਹਦੇ ਡਿਸਕਨੈਕਟ ਕੀਤੇ ਜਾਣ ਸਾਈਨ, ਬਟ ਦੇ ਸੈਡ ਕਿ ਅਸੀਂ ਕੁਛ ਨਹੀਂ ਕਰ ਸਕਦੇ ਕਿਉਂਕਿ ਇਟਸ ਯੂਅਰ ਇੰਟਰਨਲ ਮੈਟਰ। ਸਾਨੂੰ ਹਰ ਬੰਦਾ ਇਹੀ ਕਹਿ ਦਿੰਦਾ ਕਿ ਇਹ ਤੁਹਾਡਾ ਇੰਟਰਨਲ ਮੈਟਰ ਆ, ਤੇ ਅਸੀਂ ਜਾਈਏ ਕਿਤੇ। ਜਦੋਂ ਇਹਨਾਂ ਨਾਲ ਗੱਲ ਕਰਦੇ ਹਾਂ, ਇਹ ਸਾਨੂੰ ਅੱਤਵਾਦੀ ਕਹਿ ਕੇ, ਸਾਨੂੰ ਗਾਲਾਂ ਕੱਢ ਕੇ, ਸਾਨੂੰ ਡੀਗ੍ਰੇਡ ਕਰਦੇ, ਫਿਰ ਸਾਡਾ ਉੱਥੇ ਰਾਈਟ ਕੀ ਹੈ? ਸੋ ਮੇਰੀ ਤਾਂ ਇਹੀ ਤੁਹਾਡੇ ਮੀਡੀਆ ਰਾਹੀਂ ਇਹੀ ਰਿਕੁਐਸਟ ਆ ਕਿ ਜੇ ਡੈਮੋਕ੍ਰੇਸੀ ਤਾਂ ਉਹਦੇ ਵਿੱਚ ਨਜਾਇਜ਼ ਰੈਂਕ ਦਾ ਫਾਇਦਾ ਨਾ ਚੱਕਣ। ਤੇ ਇਹ ਨਹੀਂ ਹੈਗਾ ਕਿ ਤੁਸੀਂ ਰਿਟਾਇਰ ਹੋ, ਅਸੀਂ ਤੁਹਾਡੀ ਰਿਸਪੈਕਟ ਕਰਦੇ ਹਾਂ। ਤੁਸੀਂ ਕਦੇ ਵੀ ਤੁਸੀਂ ਪ੍ਰਸ਼ਾਸਨ ਦੇ ਵਿੱਚ ਕਾਰਡ ਖੇਲਦੇ ਹੋ ਕਿ ਅਸੀਂ ਸੀਨੀਅਰ ਸਿਟੀਜ਼ਨ ਆ, ਸਾਡੇ ਨਾਲ ਧੱਕਾ ਹੋਇਆ ਸਿਵਲੀਅਨ ਨੇ ਕੀਤਾ, ਕਾਰਡ ਖੇਲਦੇ ਹੋ ਕਿ ਅਸੀਂ ਕਰਨਲ ਰੈਂਕ ਤੋਂ, ਠੀਕ ਹੈ ਅਸੀਂ ਰਿਸਪੈਕਟ ਕਰਦੇ ਫੌਜ ਦੀ, ਬਟ ਤੁਸੀਂ ਫੌਜ ਦਾ ਨਾਮ ਨਾ ਬਦਨਾਮ ਕਰੋ। ਸੋ ਮੈਂ ਇਸ ਲਈ ਤੁਹਾਨੂੰ ਬੁਲਾਇਆ ਸੀ, ਮੈਂ ਆਪਣਾ ਪੱਖ ਰੱਖਣਾ ਸੀਗਾ। ਸੋ ਬਾਕੀ ਸਾਡੇ ਕਰਨ ਬਲਵੀਰ ਸਾਹਿਬ ਤੁਹਾਨੂੰ ਇਹਦੇ ਬਾਰੇ ਕੁਛ ਦੱਸ ਦੇ ਸਰ। ਦੇਖੋ ਜੀ, ਮੈਂ ਇਲੈਕਸ਼ਨ ਵਾਲਾ ਬਾਕੀ ਚੀਜ਼ਾਂ ਵੀ ਜਾਊਂਗਾ, ਮੈਂ ਇੱਕ ਚੀਜ਼ ਦੱਸੂੰਗਾ। 20 ਤਰੀਕ ਨੂੰ ਜਿਹੜਾ ਇੰਸੀਡੈਂਟ ਹੋਇਆ, ਉਹ ਸਾਰੀ ਗਲਤੀ ਕਰਨ ਭਾਰਦਵਾਜ, ਕਰਨਲ ਲਫਨ ਕਰਨਲ ਆਪਣਾ ਸ਼ਰਮਾ ਔਰ ਇੱਕ ਡਰਵਾਲ ਸਾਹਿਬ ਹੈ, ਉਹਨਾਂ ਨੇ ਆ ਕੇ ਇਹਨੂੰ
ਇਹ ਨਹੀਂ ਵੀ ਮੈਂ ਇਹਦੇ ਵੱਲ ਹੈ, ਮੈਂ ਸੱਚ ਬੋਲਿਆ ਔਰ ਤਿੰਨ ਕਰਨਲਾਂ ਨੇ ਆ ਕੇ ਪੜਾ ਕੁੱਟਿਆ ਔਰ ਜਿਹੜੇ ਬਾਕੀ ਉਹਨਾਂ ਦੇ ਸਾਥੀ 'ਚ ਖੜੇ ਰਹੇ, ਮੈਂ ਕਿਹਾ ਛੁੜਾ ਦਿਓ ਇੱਕ ਸਿਰ ਫਟ ਜੂਗਾ ਉਹਦਾ। ਤਾਂ ਇਹ ਤਿੰਨੋਂ ਨਹੀਂ, ਕਰਨਲ ਐਮ ਕੇ ਭਾਰਦਵਾਜ, ਕਰਨਲ ਐਮ ਕੇ ਭਾਰਦਵਾਜ ਡਡਵਾਲ, ਲੈਫਟੀਨੈਂਟ ਕਰਨਲ ਡਡਵਾਲ, ਲੈਫਟੀਨੈਂਟ ਕਰਨਲ ਸ਼ਰਮਾ, ਇਹਨਾਂ ਨੇ ਪਾਲੀ ਨੂੰ ਮਾਰਿਆ। ਉਹਦੇ ਬਾਅਦ ਜਦੋਂ ਮੈਂ ਛੁੜਾਇਆ ਉਹ ਜਾ ਕੇ ਦੱਸਦਾ ਵੀ ਕਰਨ ਵਰਦੀ ਨੇ ਮਾਰਿਆ, ਸਾਡੇ ਕੋਲ ਫੁਟੇਜ ਹੈਗੀ ਆ, ਫੁਟੇਜ ਦੇ ਨਹੀਂ ਗਏ ਕਿ ਕਿਹਨੇ ਮਾਰਿਆ। ਤਾਂ ਇਹਨਾਂ ਨੇ ਧੱਕਾ ਕੀਤਾ, ਫਿਰ ਇਹਨਾਂ ਦੇ ਉੱਪਰ ਵੀ ਐਫ ਆਈ ਆਰ ਹੋ ਗਈ ਆ, ਇਹਨਾਂ ਉੱਪਰ ਆਹ ਧਾਰਾ ਬੈਠੀਆਂ ਆ, ਪੰਜ ਧਾਰਾ ਬੈਠੀਆਂ ਇਹਨਾਂ ਉੱਪਰ, ਤਿੰਨ ਬੰਦਿਆਂ ਦੇ ਉੱਪਰ। ਔਰ ਇਸ ਵਕਤ ਇਹ ਭਗੌੜੇ ਨੇ ਇਹਨਾਂ ਨੇ ਕੋਈ ਜ਼ਮਾਨਤ ਨਹੀਂ ਲੈ ਰੱਖੀ, ਅਸੀਂ ਜ਼ਮਾਨਤ ਕਰਾ ਕੇ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ, ਸੋ ਦੈਟ ਕਿ ਕੱਲ੍ਹ ਨੂੰ ਇਹਨਾਂ ਨੂੰ ਇਹ ਨਾ ਲੱਗੇ, ਕਿਉਂਕਿ ਨਿਊਜ਼ ਦੇ ਵਿੱਚ ਇਹ ਆ ਰਿਹਾ ਸੀ ਕਿ ਕਰਨਲ ਬਲਵੀਰ ਐਂਡ ਪਾਲੀ ਭਗੌੜਾ ਨੇ, ਨਹੀਂ ਮੈਂ ਤੁਹਾਡੇ ਸਾਹਮਣੇ ਹਾਂ, ਮੈਂ ਕਿਤੇ ਨਹੀਂ ਭੱਜਣ ਵਾਲਾ, ਅਸੀਂ ਇਸ ਦੇਸ਼ ਦੇ ਕਾਨੂੰਨ ਦੀ ਪੂਰੀ ਦਿਲੋਂ ਰਿਸਪੈਕਟ ਕਰਦੇ ਹਾਂ, ਸਾਨੂੰ ਜਿੱਥੇ ਵੀ ਬੁਲਾਇਆ ਜਾਊਗਾ ਡੈਫੀਨੇਟਲੀ ਅਸੀਂ ਉੱਥੇ ਜਾਵਾਂਗੇ। ਪਰ ਇਹ ਮੈਂ ਕਹਿ ਸਕਦਾ ਕਿ ਅੱਜ ਇਹ ਭਗੌੜੇ ਆ, ਅੱਜ ਦੀ ਡੇਟ ਦੇ ਵਿੱਚ ਇਹਨਾਂ ਨੇ ਜ਼ਮਾਨਤ ਨਹੀਂ ਕਰਾਈ ਹੋਈ, ਸੋ ਇਹ ਵੀ ਇੱਥੇ ਤੁਹਾਨੂੰ ਦੱਸਣਾ ਬਣਦਾ, ਕਿਉਂਕਿ ਹਰ ਵਕਤ ਤੁਸੀਂ ਐਲੀਗੇਸ਼ਨ ਲਾ ਕੇ ਕਿਸੇ ਨੂੰ ਕੁਝ ਵੀ ਕਰਕੇ ਇੱਦਾਂ ਨਹੀਂ ਹੋਣਾ, ਸਾਡਾ ਰਾਈਟ, ਸਾਡਾ ਬਾਇਲੋਸ ਕਹਿੰਦਾ ਕਿ 1 ਸਾਲ ਤੋਂ ਵੱਧ ਤੁਸੀਂ ਨਹੀਂ ਰੁਕ ਸਕਦੇ, ਮੈਂ ਬੋਲਾਂਗਾ ਔਰ ਇਹ ਮੇਰੀ ਆਵਾਜ਼ ਨੂੰ ਇੱਦਾਂ ਬੰਦ ਨਹੀਂ ਕਰ ਸਕਦੇ। ਇਹ ਰੌਲਾ 2018 ਦੇ ਵਿੱਚ ਤੋਂ ਚੱਲ ਰਿਹਾ ਸਾਡੀ ਸੁਸਾਇਟੀ ਦੇ ਵਿੱਚ, 2018 ਦੇ ਵਿੱਚ ਇੱਕ ਮੈਂ ਵਾਰ ਵਾਰ ਇਹੀ ਤੁਹਾਡੇ ਰਾਹੀਂ ਮੈਂ ਰਿਕੁਐਸਟ ਕਰ ਰਿਹਾ ਸਭ ਨੂੰ, ਐਕਚੁਅਲ ਦੇ ਵਿੱਚ ਰੂਟਸ ਆਫ ਜਿਹੜੇ ਆਪਣੇ ਕਾਲ ਆਫ ਰੂਟਸ ਹੈਗੇ ਨੇ, ਜੜ੍ਹਾਂ ਜਿਹੜੀਆਂ ਹੈਗੀਆਂ, ਉਹ ਸਿਰਫ ਸਾਡੀਆਂ ਹੈਗੀਆਂ ਇਲੈਕਸ਼ਨ, ਸਾਡਾ ਮੁੱਦਾ ਇਲੈਕਸ਼ਨ ਆ। ਤੁਸੀਂ ਇੱਦਾਂ ਨਹੀਂ ਬੈਠ ਸਕਦੇ, ਤੁਸੀਂ ਇਸ ਦੇਸ਼ ਦੇ ਕਾਨੂੰਨ ਦੀ ਜਾਂ ਡੈਮੋਕ੍ਰੇਸੀ ਦਾ ਮਰਡਰ ਨਹੀਂ ਕਰ ਸਕਦੇ। ਸਾਡਾ ਫਰਜ਼ ਇਹ ਹੈ ਕਿ ਸਾਡੇ ਇਲੈਕਸ਼ਨ ਹੋਣ, ਤੁਸੀਂ ਆਓ, ਜਿੱਤ ਕੇ ਆਓ ਅਗਰ ਤੁਹਾਡੇ ਵਿੱਚ। ਸੈਕਿੰਡਲੀ ਮੇਰੇ ਨਾਲ ਕਰਨਲ ਪਾਲੀਆ ਸਰ ਹੈਗੇ ਨੇ, ਤੁਸੀਂ ਅਗਰ ਜੋ ਆਈ ਵਿਟਨੈਸ ਨੇ, ਮੈਂ ਇਸ ਲਈ ਇਹਨਾਂ ਨੂੰ ਲੈ ਕੇ ਆਇਆ ਕਿ ਸੋ ਦੈਟ ਇਹ ਵੀ ਕੁਛ ਪਾਲੀ ਜੀ, ਜਿਹੜੇ ਤੁਸੀਂ 2018 ਵਾਲੀ ਗੱਲ ਕੀਤੀ, ਕੀ ਹੋਇਆ ਕਿਸੀ 2018 'ਚ, ਕੀ ਹੋਇਆ ਸੀਗਾ ਸਰ? 2018 ਦੇ ਵਿੱਚ ਮਾਨਯੋਗ ਕੋਰਟ ਦੇ ਰਾਹੀਂ ਇਲੈਕਸ਼ਨ ਹੋਏ ਸੀਗੇ, ਇਲੈਕਸ਼ਨ ਹੋਏ ਸੀ 2018 ਦੇ ਵਿੱਚ, ਇਹਨਾਂ ਨੇ ਕੋਈ ਡਿਸਪਿਊਟ ਸੀਗਾ ਤੇ ਅਸੀਂ ਉੱਥੇ ਰਿਕੁਐਸਟ ਕੀਤੀ ਤੇ ਕੋਰਟ ਕਹਿੰਦੀ ਵੀ ਤੁਸੀਂ ਇਲੈਕਸ਼ਨ ਕਰਾਓ ਥਰੂ AWHO। AWHO ਦੇ ਰਾਹੀਂ ਇਲੈਕਸ਼ਨ ਹੋ ਗਏ ਤੇ ਠੀਕ ਹੈ, ਇਹ ਵਿਨਰ ਜੋ ਵੀ ਆਪਣੇ ਆਪ ਨੂੰ ਬੰਨਿਆ ਤੇ ਅਸੀਂ ਸਭ ਨੇ ਮੰਨ ਲਿਆ ਕਿ ਠੀਕ ਹੈ ਤੁਸੀਂ। ਉਸ ਤੋਂ ਬਾਅਦ ਸਰ 2018, 2019, 2020, ਅੱਜ ਅਸੀਂ 23 ਦੇ ਵਿੱਚ ਬੈਠੇ, ਅੱਜ ਤੱਕ ਸਾਡੇ ਇਹ ਬਾਇਲੋਜ਼ ਆ, ਮੈਂ ਤੁਹਾਨੂੰ ਇਹ ਵੀ ਹੈਂਡਓਵਰ ਕਰ ਦਾਂਗਾ, ਇਹਦੇ ਵਿੱਚ ਬੜਾ ਕਲੀਅਰ ਲਿਖਿਆ ਕਿ ਕੋਈ ਬਾਹਲੀ ਮੈਡੀਕਲ ਕੋਈ ਐਮਰਜੈਂਸੀ ਆ ਜਾਏ ਮੈਨੇਜਮੈਂਟ ਤੇ ਤਾਂ ਤੁਸੀਂ 15 ਮਹੀਨੇ ਕੰਟੀਨਿਊ ਕਰ ਸਕਦੇ। 2018 ਦੇ ਵਿੱਚ ਵੀ FIR ਇਹੀ ਹੋਈ ਸੀ ਕਿ ਜਦੋਂ ਸਾਡਾ ਕੋਰਟ ਦੇ ਵਿੱਚ ਕੋਈ ਕੇਸ ਚੱਲਿਆ ਸੀਗਾ ਤੇ ਅਸੀਂ ਕੋਰਟ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਆਪਦਾ ਹਿਸਾਬ ਹੈਂਡਓਵਰ ਕਰੋ। ਹੈਂਡਓਵਰ ਜਦੋਂ ਅਸੀਂ ਹਿਸਾਬ ਇਹਨਾਂ ਨੂੰ ਕਿਹਾ ਤੇ ਇਹ ਉਸ ਤੋਂ ਬਾਅਦ ਪੜ ਕੇ ਅਸੀਂ ਗੇਟ ਤੇ ਆਏ, ਗੇਟ ਦੇ ਵਿੱਚ ਆਉਂਦੇ ਸਾਰ ਹੀ ਇਹਨਾਂ ਨੇ ਆ ਕੇ ਸਾਡੇ ਨਾਲ ਮੌਂਕਰੀ ਕਰਨੀ ਸ਼ੁਰੂ ਕਰ ਦਿੱਤੀ, ਉਹੀ ਗਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਭਾਰਦਵਾਜ ਉਸ ਟਾਈਮ ਵੀ, ਇਹ ਨਾਲ ਇੱਕ ਹੋਰ ਸੀਗਾ, ਤਿੰਨ ਬੰਦੇ ਮਿਲ ਕੇ ਇਹਨਾਂ ਨੇ ਉਸ ਟਾਈਮ ਮੈਨੂੰ ਗੇਟ ਤੇ, ਉਹਦੀ ਵੀ ਪੁਲਿਸ ਕੋਲੇ ਸਾਰੀ CCTV ਫੁਟੇਜ, ਇਹਨਾਂ ਨੇ ਸ਼ਰੇਆਮ ਕੁੱਟਿਆ ਸੀਗਾ, ਇਹਨਾਂ ਦੇ ਪਰਚਾ ਦਰਜ ਹੋਇਆ। ਫਿਰ ਵੀ ਚਲੋ ਅਸੀਂ ਇੱਕ ਰੈਜੀਡੈਂਟ ਸੁਸਾਇਟੀ ਦੇ ਹੈਗੇ ਹਾਂ, ਮੈਨੂੰ ਲੱਗਦਾ 4 ਸਾਲਾਂ ਬਾਅਦ ਸਾਡਾ ਕੰਪਰੋਮਾਈਜ਼ ਹੋ ਗਿਆ, ਅਸੀਂ ਉਹ FIR ਕੁਐਸ਼ ਹੋਈ, ਅਸੀਂ ਪੀਸਫੁਲੀ ਰਹਿਣਾ ਚਾਹੁੰਦੇ ਹਾਂ। ਸਰ ਇਹਨਾਂ ਨੇ ਇਹ MLR ਦੇ ਵਿੱਚ ਡਾਕਟਰ ਸਾਹਿਬ ਨੇ ਇੱਦਾਂ ਦਾ ਕੁਛ ਨਹੀਂ ਲਿਖਿਆ ਕਿ ਦੰਦ ਟੁੱਟਿਆ ਹੈਗਾ, ਸਿਰਫ FIR ਦੇ ਵਿੱਚ ਲਿਖਿਆ ਕਿ ਅਸੀਂ ਡਾਕਟਰ ਦਾ ਓਪੀਨੀਅਨ ਲਵਾਂਗੇ। ਸੈਕਿੰਡਲੀ ਇੱਕ ਉਹਨਾਂ ਦਾ ਡਾਕਟਰ ਦਾ ਓਪੀਨੀਅਨ ਰਹਿੰਦਾ, ਮੇਰਾ ਲੈਫਟ ਈਅਰ ਜਿਹੜਾ ਹੈਗਾ ਸਰ, ਮੇਰੀ ਰਿਪੋਰਟ ਆ ਚੁੱਕੀ ਆ 32 ਸੈਕਟਰ ਤੋਂ, ਜਿਹਦੇ ਵਿੱਚ ਡਾਕਟਰ ਨੇ ਬੜਾ ਕਲੀਅਰ ਕੀਤਾ ਕਿ ਸਰ ਲੈਫਟ ਈਅਰ ਮੇਰਾ ਨਸ ਜਿਹੜੀ ਹੈਗੀ ਉਹ ਡੈਮੇਜ ਹੋ ਚੁੱਕੀ ਹੈ, ਜਿਹਦੇ ਮੈਂ ਤੁਹਾਨੂੰ ਉਹਦੀਆਂ ਰਿਪੋਰਟਾਂ ਵੀ ਦਿਖਾ ਦਿੰਦਾ, ਉਹਦੀਆਂ 32 ਸੈਕਟਰ ਤੋਂ ਜੋ ਰਿਪੋਰਟਾਂ ਆ ਗਈਆਂ, ਉਹ ਲੈਫਟ ਈਅਰ ਇਹਨਾਂ ਨੇ ਮੇਰਾ ਡੈਮੇਜ ਕੀਤਾ ਗਾ। ਉਹਦੇ ਵਿੱਚ ਮੈਂ ਹੁਣ ਆਪਣੇ ਮੇਰੇ ਜੋ ਕਾਨੂੰਨੀ ਆਪਣੇ ਜਿਹਨਾਂ ਦੀ ਮੈਂ ਰਾਏ ਲਵਾਂਗਾ ਤੇ ਜੋ ਇਹਨਾਂ ਦੇ ਖਿਲਾਫ ਹੋਏਗੀ ਧਾਰਾ ਮੈਂ ਉਹ ਵੀ ਐਡ ਕਰਾਂਗਾ। ਨਹੀਂ ਸਰ, ਅਸੀਂ ਸੇਮ ਡੇ ਸੀ ਸਰ, ਸਾਡਾ ਸੇਮ ਡੇ ਸੀ ਸਰ, 20 ਨੂੰ ਹੀ ਮੈਂ ਐਡਮਿਟ ਹੋਇਆ ਉੱਥੇ, 20 ਨੂੰ ਇਹ ਐਡਮਿਟ ਹੋਇਆ। ਏਸੀ ਵੀ ਆਈ ਥਿੰਕ ਇਹਨਾਂ ਦੀ ਪਹਿਲਾਂ ਬਿਆਨ ਹੋ ਗਏ ਸੀਗੇ ਤੇ ਮੇਰੇ ਬਿਆਨ, ਕਿਉਂਕਿ ਮੇਰੀ ਮੈਡੀਕਲ ਰਿਪੋਰਟ ਬਾਅਦ ਵਿੱਚ ਆਈ ਤੇ ਉਹਦੇ ਆਧਾਰ ਤੇ ਇਹਨਾਂ ਦੇ ਵੀ ਪਰਚਾ ਦਰਜ ਹੋਇਆ, ਮੇਰੇ ਤੇ ਹੋਇਆ। ਪਰ ਜੋ ਮੇਰੇ ਤੇ ਹੋਇਆ ਉਹ ਇਹਨਾਂ ਨੇ ਝੂਠੇ ਐਲੀਗੇਸ਼ਨ ਲਾ ਕੇ ਕਰਾਇਆ, ਜਿਸ ਦੀ ਮੈਂ ਕੋਰਟ ਦੇ ਵਿੱਚ ਇਹਨਾਂ ਨੂੰ ਬਿਲਕੁਲ ਚੈਲੰਜ ਕਰਾਂਗਾ, ਜੋ ਮਾਨਯੋਗ ਅਦਾਲਤ ਦਾ ਫੈਸਲਾ ਹੋਏਗਾ ਸਾਨੂੰ ਮੰਨ ਜੋ। ਝੂਠਾ ਹੋਊਗਾ ਇਹ ਤਾਂ ਉੱਚੀ ਉੱਚੀ ਬੋਲਿਆ ਪਹਿਲੇ ਦਿਨ ਹੀ, ਸਾਡੇ ਸੱਚ ਨੂੰ ਕਿਹਾ ਵੀ ਦੇਖੋ ਜੀ ਡੰਟ ਕਿਹਾ ਤਾਂ ਬੋਲ ਸਕਦਾ ਹੁੰਦਾ।